सारे नु सत श्रीकाल जी। होर सुनाओ, सारे ठीक ठाक जी? परमात्मा तुहानू हमेशा चढ़दी कला च रखे। होर सुनाओ, की बनता फिर? काम काज करते पए हो घर का? इस टाइम काम काज ही हुंदा वा सारिआं नू। बहुत काम हुंदा घर का जिहड़ा कि सानू लेडीज़ नू करना पैंदा वा। ते आपां वी लगे होए आ काम काज, सफाई सफुई सारे कर ली आ। आओ विखावा तुहानू साफ सुथरा। किचन च भांडे भूडे साफ कर ले सारे, ते बस उत्ते लाउण वाले रह गए हुण। वेखिए दीदी की करन डए आ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਹੋਰ ਸੁਣਾਓ, ਸਾਰੇ ਠੀਕ ਠਾਕ ਜੇ? ਤੇ ਆਪਾਂ ਵੀ ਡਏ ਆ ਮੂੰਗਰਿਆਂ ਦੀ ਸਬਜ਼ੀ ਲੱਗੇ ਬਣਾਉਣ, ਤੇ ਮੂੰਗਰਿਆਂ ਦੀਆਂ ਡੰਡੀਆਂ ਡਏ ਕੱਟਣ। ਕਹਿੰਦੇ ਪੂਛ ਜੀ ਮੇਰੀ ਕਿੱਧਰ ਗਈ ਆ? ਆ ਪੂਛਾ ਪਾਛਾ ਇੱਦਾਂ ਹੀ ਰਹਿੰਦੀਆਂ, ਕੰਮ ਕੁੰਮ ਕਰਨ ਲੱਗਿਆ। ਹੱਥ ਵਾਲਾ ਆਪਾਂ ਜੂੜਾ ਲਵੇਟ ਲੈਂਦੇ ਕੰਮ ਕਰਨ ਲੱਗਿਆ, ਟੌਰ ਸ਼ੋਰ ਥੋੜਾ ਮਾਰੀਦਾ ਵਾ। ਉਦੋਂ ਤੇ ਬਸ ਕੰਮ 'ਚ ਧਿਆਨ ਹੁੰਦਾ ਆਪਣਾ। ਤੇ ਸਫਾਈ ਸਫੂਈ ਸਾਰੇ ਕਰਕੇ ਤੇ ਆਪਾਂ ਫ੍ਰੀ ਹੋ ਗਏ। ਆਟਾ ਉਟਾ ਗੁੰਨ ਲਿਆ ਵਾ, ਤੇ ਹੁਣ ਲੱਗੀਆਂ ਸਬਜ਼ੀ ਭਾਜੀ ਬਣਾਉਣ ਦੋਵੇਂ ਜਾਣੀਆਂ। ਤੇ ਇੱਕ ਤੁਹਾਨੂੰ ਹੋਰ ਵੀ ਚੀਜ਼ ਵਿਖਾਵਾਂਗੇ ਅੱਜ। ਚਲੋ ਦਵਾ ਦਵ ਡੰਡੀਆਂ ਲਾਈਏ ਤੇ ਤੜਕਾ ਲਾਈਏ ਪਹਿਲੇ ਸਬਜ਼ੀ ਨੂੰ, ਹੈ ਦੀਦੀ? ਹਾਂ ਛੇਤੀ ਕਰ, ਲਿਓ ਮੈਂ ਕਰਾਵਾਂ ਨਾਲ ਤੇ ਕਰ ਲਓਗੇ ਆਪੇ। ਇੰਨੀਆਂ ਸਾਰੀਆਂ ਡੰਡੀਆਂ ਮੈਂ ਕਿੱਦਾਂ ਕਰ ਲੂੰਗੀ? ਮੈਂ ਕਿਹਾ ਸ਼ਾਇਦ ਮੈਨੂੰ ਕਹਿ ਦੂਗੀ ਕਿ ਕੋਈ ਨੀ ਮੈਂ ਕਰਨ ਦੀ, ਤੂੰ ਰਹਿਣ ਦੇ। ਨਹੀਂ ਨਹੀਂ ਘਰ ਛੇਤੀ ਕਰ, ਆਹੋ ਵੇਖ ਲਿਆ ਜੇ ਹੁਣ ਹੁਣ ਕਰਾਉਣਾ ਪੈਣਾ, ਕੀ ਕਰੀਏ। ਥੋੜ੍ਹੇ ਹੀ ਰਹਿ ਗਏ ਹਨਾ, ਉਹਨੇ ਪੁੱਛਾਂ ਕਿੰਨੀਆਂ ਪਤਲੀਆਂ ਪਤਲੀਆਂ ਹੀ ਇਹਨਾਂ ਨੂੰ। ਦੀਦੀ ਮੈਂ ਇੱਕ ਗੱਲ ਆ, ਇਹਨਾਂ ਦੇ ਪੁੱਛਾਂ ਕਿਉਂ ਲਾਉਂਦੇ ਆ? ਪੂਛ 'ਚ ਜ਼ਹਿਰ ਹੋਊਗਾ? ਨਹੀਂ ਫਿਰ ਵੀ ਤੁਹਾਨੂੰ ਪਤਾ ਮੂੰਗਰਿਆਂ ਦੇ ਪੁੱਛਾਂ ਕਿਉਂ ਲਾਉਂਦੇ ਆ? ਜਿਹਨੂੰ ਪਤਾ ਹੋਊਗਾ ਕਮੈਂਟ 'ਚ ਦੱਸਿਓ ਇਹਨੂੰ। ਸ਼ਮੀ ਹੁਣ ਆਹ ਵੇਖੋ ਮੂੰਗਰਾ ਹਨਾ, ਤੈਨੂੰ ਇੱਦਾਂ ਨਹੀਂ ਕੱਟ ਕੇ ਬਣਾ ਸਕਦੇ, ਪੁੱਛਾਂ ਕਿਉਂ ਲਾਉਂਦੇ? ਬਸ ਵੇਖੋ ਵੇਖੀ ਸਾਰੇ ਲਾਈ ਜਾਂਦੇ ਆ, ਸਮਝ ਲਾ ਦੀ ਕਿਉਂ ਲਾਉਂਦੇ। ਇੱਕ ਜਿਹੜੀ ਭਾਂਡੇ ਲਾਓ ਰਸੋਈ ਦੇ ਭੈਣ ਜੀ, ਛੁੱਟੀ ਵਾਲੇ ਦਿਨ ਤਾਂ ਕੋਈ ਕੰਮ ਕਰ ਲਿਆ ਕਰੋ। ਦੁੱਧ ਨਹੀਂ ਪੀਤਾ? ਪਹਿਲੇ ਦੁੱਧ ਤੇ ਦਓ ਗਰਮ ਕਰਕੇ। ਮੈਂ ਤੇ ਦੁੱਧ ਗਰਮ ਕਰਕੇ ਪੀ ਲਾ ਨਾ, ਹਮੇ ਮੇਰਾ ਸਿਰ ਪਾੜੂਗੀ ਕਿ ਪੀਤਾ ਬੁਝਾਇਆ ਨੀ, ਤੂੰ ਪਹਿਲੇ ਕੰਮ ਕਰ ਲਾ ਆਪਣੀ। ਚਲੋ ਜੀ ਅੱਗ ਬਲ ਗਈ ਆ, ਆਪਾਂ ਲੱਗੀਆਂ ਮੂੰਗਰਿਆਂ ਨੂੰ ਤੜਕਾ ਲਾਉਣ। ਤੇ ਤੁਹਾਨੂੰ ਦਿਖਾਉਂਦੇ ਆ, ਕੂੰਡਾ ਡੰਡਾ ਲਿਆਂਦਾ, ਕੂੰਡੇ ਡੰਡੇ 'ਚ ਕੁੱਟਾਂਗੇ ਮੂੰਗਰੇ, ਜਿੱਦਾਂ ਪਹਿਲੇ ਕੁੱਟਦੀਆਂ ਜਨਾਨੀਆਂ ਕੂੰਡੇ ਡੰਡੇ 'ਚ ਮੂੰਗਰੇ ਕੁੱਟ ਕੇ ਬਣਾਉਣੇ ਆ। ਦੀਦੀ ਗਏ ਥੱਲਿਓ ਸਮਾਨ ਲੈਣ, ਇੱਥੇ ਫਿਰ ਸਮਾਨ ਪੱਕਾ ਨਹੀਂ ਰੱਖਿਆ ਜਾਂਦਾ ਕਿਉਂਕਿ ਕੋਈ ਹੈ ਨਹੀਂ ਨਾ ਹਜੇ ਸਹੂਲਤ ਇੱਦਾਂ ਦੀ ਵੀ ਸਮਾਨ ਇੱਥੇ ਪੱਕਾ ਐਡਜਸਟ ਕੀਤਾ ਜਾ ਸਕੇ। ਫਿਰ ਜਦੋਂ ਚੁੱਲ੍ਹੇ 'ਤੇ ਕੋਈ ਚੀਜ਼ ਬਣਾਉਣੀ ਹੁੰਦੀ ਉਦੋਂ ਹੀ ਸਮਾਨ ਲੈ ਆਈਦਾ ਵਾ। ਤੇਲ ਮੈਂ ਪਾ ਲਿਆ ਸੀ ਕੜਾਹੀ 'ਚ ਥੱਲਿਓ, ਪੌਣਾ ਲਿਆ ਕੋਈ ਮੇਰੇ ਹੱਥ ਸੜ ਜਾਣੇ ਸੁੱਖੂ, ਪੌਣਾ ਲਿਆ ਉਹ ਥੱਲਿਓ ਕੋਈ ਆ ਧੋਤਾ ਸੀ ਨਾ ਸਾਰਾ ਜੀ, ਟਮਾਟਰ ਥੋੜਾ ਨੀ ਮਿੰਟੋ ਮਿੰਟ ਅਸੀਂ ਚੁੱਲ੍ਹੇ ਤੇ ਤਿਆਰ ਕਰਨ ਲੱਗੇ ਸਬਜ਼ੀ।
ਤੇ ਨਾਲ ਵੇਖੋ ਕੁੰਡੇ ਡੰਡੇ ਨਾਲ ਕੁੱਟਣ ਡੇ ਮੂੰਗਰੇ ਕਿੰਨਾ ਮਜ਼ਾ ਆਉਣ ਡਿਆ ਨਾ ਜਿੱਦਾਂ ਪਿਛਲੇ ਜ਼ਮਾਨੇ 'ਚ ਕਰਦੀਆਂ ਸੀ ਜਨਾਨੀਆਂ शॉप आ ना उड़े प्लाट जिदा खाली आ ना उप रखी हुई गाइया दो भी तुम आप विखावे पाथियां थोड़ी बहुत पाथ लिया कर लाया कर घरें अं कभी गए नहीं पहले पर हूँ जाया करना हम तुम भी विखावे तो आप भी मेहनत करा बहुत इन्ना ज्यादा नहीं ना करना थोड़ा थोड़ा करके कढ़ी जाओ ए कढ़ दो मैं पा दिनी हाँ ए कढ़ दो आलो हो जाना आप ज्यादा भांडे थले आते नहीं ना थले चलो थोड़े थोड़े बस दर दर करके आलू कितने आलू सुबला ना थोड़ा कट ना पीले आलू आलू कट दो नहीं देने कितने लून आप दी लिया दी सारा कुछ ले आंदा लून हल्दी धनिया पाउडर गरम मसाला ले जीरा तो मैं पाया ही नहीं ले चल कोई गल नहीं हम सुनाओ तुम की करते जो बना ली सब्जी भाजी सारी तीन अं तो हूँ एक सब्जी साढ़े को पई आ जी राती बनाई ही तो हूँ आप रोटी खा लेनी है तो हूँ आह वाली बना के ना आप इदा ढक देनी है ये आप रात को वरत लैनी सब्जी तो फिर शूटिंग भी बाद करनी होंगी ना फिर इन्ना टाइम नहीं लगता फिर ज़्यादा थक जाइए फिर बार बार सब्जी नहीं बनती थोड़ा जहा कम फ्री हों के रात फिर आटा गुन के चल देने बना के सारे अज तेनू हासे वाली गल दसा साढ़े पांच का अलार्म लाया ही मैं दीदी ने कहा तुम भी साढ़े पांच का अलार्म लायो आप सवेरे सवक्त दिखावांगे ब्लॉग भी बनावांगे नाले काम धंधा भी घर का करांगे ते इन्हां नूं मैं कहा अलार्म वज्जा तुहाडा कहिंदे आ अलार्म वज्जा मैं इहनूं हाथ मारदा फोन नूं फिर सौं गई इधर मैं भी इदां ही कीता सेम नींद बड़ी आई थक जाईदा वा ना ते फिर उठिया ही नहीं गया कोशिश करिया करांगे चलो हुण अगे गर्मी दे दिन आए ने आ ते फिर थोड़ा सवक्ते उठ के करिया करांगे काम नूं माड़ा बंदा बेचारा सिलेंडर नहीं जे खरीद सकदा जिन्ना बचा सकते होंदे ना तुसीं भी अपना जिहड़ा सिलेंडर आ ना उहते घट तों घट काम करिया करो जे ज्यादा चुल्हे ते काम करिया करो तुसीं भी छत ते बना लो जे थले नहीं जगह हैगी ते मेरे हिसाब ना वेखो दीदी सारे मसाले एक करी सुके ज्यादा वधिया रंग नहीं आया है ना थोड़ा कच्चा कच्चा ना उधर साइड करो प्याज लगी इधर पड़छी मेरी दी मैं खवा दी कदे पड़छी है काली काली मेगा बेड ठीक है ना डंडा भाई के बहुत बढ़िया वा डंडे ना दूजे जड़े हो ना दी इतनी सफाई जी नहीं फिर मैं कहा आ वाला दे दे नहीं फिर आ
ਸਾਰਾ ਕੁੱਟਿਆ ਵੀ ਵਧੀਆ ਜਾਣ ਡਿਆ ਹਾਂ ਹਾਂ ਬੱਤੀ ਗਹਿਲੇ ਨਾ ਆਵੇ ਨਾ ਮਿੱਕੀ ਚੱਲੇ ਚਲੇ ਚ ਬੰਦਾ ਮਸਾਲਾ ਤੇ ਕੁੱਟ ਲੈਂਦਾ ਨਾ ਸਮੈਲ ਬੜੀ ਸੋਹਣੀ ਆਉਂਦੀ ਹੁੰਦੀ ਬਣ ਕੇ ਹਨਾ ਪਿੱਛੇ ਬਸ ਇੰਨੇ ਹੋ ਗਿਆ ਜੀ ਕੰਮ ਆਪਣਾ ਰਾਤੀ ਦਹੀਂ ਨਹੀਂ ਹੋਣਾ ਕਾ ਫੇਰੀ ਸਭ नहीं सर जूगा दही ना दे थोड़ी है आलू और पौने तो दस दो नहीं आलू की गोभी सही है वैसे आलू हाई मुद्दी मार दे फिर आलू हाँ जी तानू किने बुलाया लागे बुलाया किसी ने हैं किसी ने बुलाया तानू इत्थे अपना बी ए कर लिया एम ए डिया करना वेखो पेन ना अपना आप रंगिया सारा न्याण का पेन फटके पता लगन डे पढ़ाई की जल्दी जल्दी काटो आपको पता नहीं चलता सब्जी तो बन गई है उन्होंने चुप के बखाओ उधर जी बसा ट्रक लंघन डे तो दिखते नहीं पे और फिक्र जो पाया बेचारा मैं उधर चुक के बखाओ ये पता की करता जे इतों वेंदा उन्होंने चीजा की आवाज आती है तो वो वेखिया नहीं जाता फिर तह पौड़ ला ला के आओ वेखो चलिया जे फिर इन्हें कहना मैंने चुप के तह करो आओ वेखो उधर वेखो उधर वेखो साढ़े सामने ही है मैं झूठ नहीं बोलन दी आओ वेख लो आओ वेखो ਐਡਾ ਸਿਆਣਾ ਜੇ ਨਾ ਮੈਂ ਕਹਿੰਦੀ ਇਨਸਾਨ ਵੀ ਉਹਨਾਂ ਸਿਆਣਾ ਨਹੀਂ ਜਾਂਦਾ ਲਓ ਧਨੀਆ ਤੇ ਹਰੀਆਂ ਮਿਰਚਾਂ ਪਾਓ ਛੇਤੀ ਛੇਤੀ ਮਿਰਚਾਂ ਦਾ ਚੇਤਾ ਹੀ ਭੁੱਲ ਗਿਆ ਭੈਣੇ ਆ ਫਾੜੇ ਚੇਤਾ ਭੁੱਲ ਗਿਆ ਅਸੀਂ ਕਿਹੜਾ ਟ੍ਰੇਨ ਤੇ ਚੱਲ ਗਏ ਕਿਤੇ ਆ ਫੇਰ ਪਾ ਲੈਨੇ ਆ ਅੰਦਰ ਵੇਖੋ ਆ ਗਿਆ ਦੇ मूंगरे की सब्जी बन के होगी तैयार
ਆ ਜਾਓ ਜਿੰਨੇ ਜਿੰਨੇ ਰੋਟੀ ਖਾਣੀ ਹੈ ਲੋਣ ਲੱਗੇ ਤੇ ਫਿਰ ਨਾਲ ਹੀ ਤੁਹਾਡੀ ਵੀ ਲਾ ਲਈਏ ਆਵੇਂ ਫੁਲਕੇ ਵਧੇ ਨਾ ਨਾ ਰਹਿਣ ਜਿੰਨੇ ਜਿੰਨੇ ਖਾਣੀ ਆ ਜਾਓ ਤੁਸੀਂ ਆਓ ਨਾ ਆਹੋ ਮੁਰਗੀਆਂ ਹੀ ਜ਼ਿਆਦਾ ਫੁਲਕੇ ਪਕਾ ਰਹੀ ਹੈ ਤੁਸੀਂ ਆਓ ਨਾ ਇਸ ਕਰਕੇ ਜਿੰਨੇ ਜਿੰਨੇ ਖਾਣੀ ਆ ਤੇ ਆ ਜਾਓ कोठे ते मैं इत्थे ला लैने समान बड़ा चुके खड़ना पैना एक जाली जी लैके आवांगे ना फिर ओहदे च समान उत्ते भी रख छड़ांगे थोड़ा बहुत जो चुले ते काम किया फिर जाली तो समान कढ़ लिया इदा फिर एक चीज करनी पैंदी उत्ते वेखो गड्डी सोहना फुलका लथ दा ਉਦੋਂ ਹੀ ਆਟਾ ਗੁੰਨ ਕੇ ਲੈ ਲਵਾਂਗੇ